ਸਾਰਿਆਂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ। ਅਸੀਂ ਬਣਾਵਾਂਗੇ ਅੱਜ ਪਾਓ। ਇਹ ਪਾਓ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਅਸੀਂ ਘਰ ਵਿੱਚ ਬਣਾ ਕੇ ਤਿਆਰ ਕਰਾਂਗੇ। ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਪਾਓ ਬਣਾ ਕੇ ਤਿਆਰ ਕੀਤੇ। ਇਹ ਪਾਓ ਬਹੁਤ ਹੀ ਸਪੌਂਚੀ ਅਤੇ ਸੌਫਟ ਬਣ ਕੇ ਤਿਆਰ ਹੋਏ ਆ। ਜੀਸਟ ਲਿਆ ਸੀ, ਜੀਸਟ ਦੇ ਅਸੀਂ 2 ਚਮਚੇ ਲਵਾਂਗੇ। ਛੋਟੇ 2 ਚਮਚੇ ਅਸੀਂ ਜੀਸਟ ਦੇ ਲਏ ਆ। 2 ਚਮਚੇ ਅਸੀਂ ਇਹਦੇ ਵਿੱਚ ਖੰਡ ਪਾ ਦਿੰਦੇ ਹਾਂ। ਥੋੜ੍ਹਾ ਜਿਹਾ ਅਸੀਂ ਇਹਦੇ ਵਿੱਚ ਦੁੱਧ ਪਾ ਦਿੰਦੇ ਹਾਂ। ਇਹਦੇ ਨਾਲ ਸਾਡੀ ਜੀਸਟ ਜਿਹੜੀ ਐਕਟਿਵ ਹੋ ਜਾਏਗੀ। ਇਹਨੂੰ ਮਿਕਸ ਕਰ ਦਿੰਦੇ ਹਾਂ। ਮਿਕਸ ਕਰਕੇ 10 ਕੁ ਮਿੰਟ ਅਸੀਂ ਇਸੇ ਤਰ੍ਹਾਂ ਰੱਖ ਲੈਂਦੇ ਹਾਂ ਕਿ ਫੁੱਲ ਜਾਣਾ ਇਹਨੇ ਚੰਗੀ ਤਰ੍ਹਾਂ। ਉੱਪਰੋਂ ਇਹਨੂੰ ਢੱਕ ਦਿੰਦੇ ਹਾਂ। ਇੱਕ ਡੋਂਗਾ ਲੈ ਲਿਆ ਸੀ, ਇਹਦੇ ਵਿੱਚ ਅਸੀਂ ਮੈਦਾ ਪਾ ਲੈਂਦੇ ਹਾਂ। 2 ਕੱਪ ਅਸੀਂ ਮੈਦਾ ਪਾਵਾਂਗੇ। 1 ਚਮਚਾ ਮਿਲਕ ਪਾਊਡਰ ਦਾ। ਮਿਲਕ ਪਾਊਡਰ ਪਾਉਣ ਦੇ ਨਾਲ ਬਹੁਤ ਹੀ ਵਧੀਆ ਸਾਡੇ ਪਾਓ ਬਣ ਕੇ ਤਿਆਰ ਹੁੰਦੇ। 1/2 ਚਮਚ ਅਸੀਂ ਨਮਕ ਪਾ ਦਾਂਗੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਂਦੇ। ਜੀਸਟ ਨੂੰ 10 ਮਿੰਟ ਹੋ ਗਏ ਸੀ ਰੱਖੇ ਨੂੰ, ਇਹ ਐਕਟਿਵ ਹੋ ਗਿਆ ਵਾ। ਹੁਣ ਅਸੀਂ ਇੱਧਰ ਮੈਦਾ ਜਿਹੜਾ ਛਾਨਿਆ ਵਾ ਇਹਦੇ ਵਿੱਚ ਪਾ ਲੈਂਦੇ। ਅਸੀਂ ਮੈਦਾ ਛਾਣ ਕੇ ਲਿਆ ਵਾ, ਇਹਨੂੰ ਮਿਕਸ ਕਰ ਲੈਂਦੇ। ਇਹਨੂੰ ਮਿਕਸ ਕਰ ਲਾਂਗੇ। ਕੋਸਾ ਦੁੱਧ ਲਿਆ ਸੀ ਅਸੀਂ ਇਹਨੂੰ। ਥੋੜ੍ਹਾ ਜਿਹਾ ਅਸੀਂ ਦੁੱਧ ਹੋਰ ਪਾ ਲਿਆ ਇਹਦੇ ਵਿੱਚ। ਇਹਨੂੰ ਡੋ ਤਿਆਰ ਕਰ ਲੈਂਦੇ। ਇਹਦਾ ਡੋ ਸਾਡਾ ਸਖਤ ਆ। ਹੁਣ ਅਸੀਂ ਇਹਦੇ ਵਿੱਚ ਥੋੜ੍ਹਾ ਜਿਹਾ ਦੁੱਧ ਪਾ ਲੈਂਦੇ ਹੋਰ। ਡੋ ਨੂੰ ਅਸੀਂ ਸੌਫਟ ਬਣਾ ਕੇ ਤਿਆਰ ਕਰਨਾ। ਨਰਮ ਜਿਹਾ ਅਸੀਂ ਡੋ ਇਹਦਾ ਬਣਾ ਕੇ ਤਿਆਰ ਕਰਾਂਗੇ। ਡੋ ਨੂੰ ਅਸੀਂ ਨਰਮ ਤਿਆਰ ਕਰਾਂਗੇ। ਥੋੜ੍ਹਾ ਜਿਹਾ ਅਸੀਂ ਹੱਥ ਦੇ ਨਾਲ ਹੋਰ ਦੁੱਧ ਪਾ ਲੈਂਦੇ। ਜੇ ਤੁਹਾਡੇ ਕੋਲ ਬਟਰ ਆ ਤਾਂ ਤੁਸੀਂ ਉਹਦੀ ਵਰਤੋਂ ਕਰ ਸਕਦੇ ਜੀ। ਅਸੀਂ ਦੇਸੀ ਘਿਓ ਲਿਆ। 1 ਚਮਚਾ ਅਸੀਂ ਭਰ ਕੇ ਲਿਆ ਵਾ। ਇਹਨੂੰ ਚੰਗੀ ਤਰ੍ਹਾਂ ਲਾ ਲੈਂਦੇ ਇਹਦੇ ਉੱਪਰ। ਜਿਹੜਾ ਹੱਥਾਂ ਦੇ ਨਾਲ ਵੀ ਲੱਗਾ ਉਹ ਵੀ ਲੱਥ ਜਾਣਾ ਜਦੋਂ ਅਸੀਂ ਆ ਕੇ ਉਹਨੂੰ ਚੰਗੀ ਤਰ੍ਹਾਂ ਮਸਲ ਲੈਣ। ਡੋ ਅਸੀਂ ਸੌਫਟ ਬਣਾ ਲਿਆ ਵਾ। ਥੋੜ੍ਹਾ ਜਿਹਾ ਇਹਦੇ ਉੱਪਰ ਹੱਥ ਦੇ ਨਾਲ ਘਿਓ ਗਰੀਸ ਕਰ ਦਿੰਦੇ। ਕਲਿੰਗ ਰੈਪ ਅਸੀਂ ਲੈ ਲਿਆ ਇੱਕ, ਉਹਦੇ ਨਾਲ ਅਸੀਂ ਇਹਨੂੰ ਕਵਰ ਕਰ ਦਿੰਦੇ ਉੱਪਰੋਂ। ਕਵਰ ਕਰਕੇ 2 ਘੰਟੇ ਤੱਕ ਅਸੀਂ ਇਹਨੂੰ ਰੱਖ ਲਾਂਗੇ। ਜੇ ਜ਼ਿਆਦਾ ਗਰਮੀ ਆ ਫਿਰ ਤੁਹਾਡਾ ਆਟਾ ਜਿਹੜਾ 1 ਘੰਟੇ ਤੱਕ ਵੀ ਫੁੱਲ ਸਕਦਾ। 2 ਘੰਟੇ ਵਾਸਤੇ ਰੈਸਟ ਵਾਸਤੇ ਰੱਖ ਦਿੰਦੇ। ਆਟੇ ਦੇ ਡੋ ਨੂੰ ਅਸੀਂ ਰੱਖੇ ਇਹਨੂੰ 2-2.5 ਘੰਟੇ ਹੋ ਗਏ ਆ। ਤੁਸੀਂ ਵੇਖ ਸਕਦੇ ਹੋ ਜੀ ਇਹਦੇ ਵਿੱਚ ਜਾਲੀ ਪਈ ਬੱਬਲ ਆਏ ਇਹਦੇ ਵਿੱਚ 4 ਚੁਫੇਰੇ। ਵੇਖ ਲਓ ਕਿੰਨਾ ਫੁੱਲ ਕੇ ਆਟਾ ਉੱਪਰ ਤੱਕ ਆ ਗਿਆ। ਹੁਣ ਅਸੀਂ ਉੱਪਰੋਂ ਇਹਦੇ ਕਲਿੰਗ ਰੈਪ ਲਾ ਲੈਂਦੇ ਹਾਂ। ਹੱਥ ਨੂੰ ਥੋੜ੍ਹਾ ਜਿਹਾ ਸੁੱਕਾ ਆਟਾ ਲਾ ਲਾਂਗੇ ਅਤੇ ਇਹਨੂੰ ਅਸੀਂ ਪੰਚ ਕਰਾਂਗੇ। ਆ ਵੇਖੋ ਆਟਾ ਬਹੁਤ ਵਧੀਆ ਬਣ ਕੇ ਤਿਆਰ ਹੋਇਆ, ਕਿੰਨੀ ਇਹਦੇ ਵਿੱਚ ਫਲਾਵਟ ਆ ਗਈ ਹੈ। ਥੋੜ੍ਹਾ ਜਿਹਾ ਹੱਥਾਂ ਨੂੰ ਅਸੀਂ ਘਿਓ ਲਾ ਲੈਂਦੇ ਹਾਂ।
ਇੱਕ ਖੁੱਲਾ ਭਾਂਡਾ ਲੈ ਲੈਂਦੇ ਹਾਂ, ਉਹਦੇ ਵਿੱਚ ਅਸੀਂ ਆਟਾ ਪਾ ਲੈਂਦੇ ਹਾਂ। ਬਹੁਤ ਵਧੀਆ ਆਟਾ ਬਣ ਕੇ ਤਿਆਰ ਹੋ, ਜਾਲੀ ਅੰਦਰ ਤੱਕ ਬਣੀ, ਤੁਸੀਂ ਵੇਖ ਸਕਦੇ। ਹੁਣ ਅਸੀਂ ਹੱਥਾਂ ਦੇ ਨਾਲ ਇਹਨੂੰ ਲੰਬਾਈ ਦੇ ਵਿੱਚ ਕਰ ਲਈ, ਆਟੇ ਨੂੰ ਅਸੀਂ ਲੰਬਾਈ ਦੇ ਵਿੱਚ ਕਰ ਲਿਆ ਵਾ। ਹੁਣ ਅਸੀਂ ਇਹਦਾ ਅੱਧ ਪਾਕ ਕਰ ਲੈਂਦੇ, ਇਸ ਤਰ੍ਹਾਂ ਫੜ ਕੇ ਅਸੀਂ ਇਸ ਤਰ੍ਹਾਂ ਬਣਾ ਲੈਣਾ ਇਹਨਾਂ ਨੂੰ। ਇਸੇ ਤਰ੍ਹਾਂ ਅਸੀਂ ਸਾਰੇ ਬਣਾ ਲੈਂਦੇ ਹਾਂ ਬੰਨ, ਸਾਰੇ ਪਾਓ ਅਸੀਂ ਬਣਾ ਲਏ ਆ। ਹੁਣ ਅਸੀਂ ਇਹਦੇ ਇੱਕ ਕੇਕ ਟਿਨ ਲੈ ਲਿਆ ਵਾ, ਉਹਦੇ ਵਿੱਚ ਅਸੀਂ ਇੱਕ ਪੇਪਰ ਲਾ ਲਿਆ ਵਾ, ਪੇਪਰ ਨੂੰ ਅਸੀਂ ਗਰੀਸ ਕਰ ਲਿਆ ਵਾ, ਚੰਗੀ ਤਰ੍ਹਾਂ ਗਰੀਸ ਕਰ ਲਿਆ ਅਸੀਂ। ਹੁਣ ਅਸੀਂ ਇਹ ਜਿਹੜੇ ਸਾਰੇ ਪਾਓ ਆ ਇਹਨਾਂ ਨੂੰ ਇਹਦੇ ਵਿੱਚ ਰੱਖ ਲੈਂਦੇ ਹਾਂ। ਉੱਪਰੋਂ ਇਹਨਾਂ ਨੂੰ ਹਲਕਾ ਜਿਹਾ ਦੁੱਧ ਲਾ ਕੇ ਬ੍ਰੱਸ਼ ਦੇ ਨਾਲ ਗਰੀਸ ਕਰ ਲੈਂਦੇ। ਆ ਵੇਖੋ ਫੁੱਲ ਕੇ ਤਿਆਰ ਹੋ ਗਏ ਬੰਨ ਸਾਡੇ, ਪਾਓ ਸਾਡੇ ਫੁੱਲ ਗਏ। ਹੁਣ ਅਸੀਂ ਫਿਰ ਇਹਨਾਂ ਨੂੰ ਦੁੱਧ ਦੇ ਨਾਲ ਗਰੀਸ ਕਰ ਲੈਂਦੇ ਹਾਂ ਇੱਕ ਵਾਰੀ। ਹੁਣ ਅਸੀਂ ਥੋੜ੍ਹੇ ਜਿਹੇ ਲੈਣੇ ਆ ਚਿੱਟੇ ਤੇਲ, ਜਾਂ ਤੁਸੀਂ ਦੂਜੇ ਵੀ ਤੇਲ ਲੈ ਸਕਦੇ ਜੀ। ਇਸ ਤਰ੍ਹਾਂ ਦੇ ਉੱਪਰ ਪਾਉਣੇ ਆ ਹਲਕੇ ਹਲਕੇ, ਹੱਥ ਦੇ ਨਾਲ ਅਸੀਂ ਫੈਲਾ ਦੇਣੇ। ਕੜਾਹੀ ਨੂੰ ਅਸੀਂ ਗਰਮ ਕਰਨ ਵਾਸਤੇ ਰੱਖ ਲਿਆ ਸੀ, ਕੜਾਹੀ ਅਸੀਂ ਮੋਟੇ ਤਲੇ ਦੀ ਲਈ ਆ, ਥੱਲੇ ਅਸੀਂ ਰੇਤ ਪਾ ਲਈ ਆ ਅਤੇ ਇੱਕ ਸਟੈਂਡ ਰੱਖ ਲਿਆ। ਇਹਦੇ ਉੱਪਰ ਹੁਣ ਅਸੀਂ ਪਾਓ ਵਾਲਾ ਡੱਬਾ ਰੱਖ ਲਾਂਗੇ ਅਤੇ ਇਹਨੂੰ ਢੱਕ ਦੇਣੇ ਉੱਪਰੋਂ। ਪਹਿਲਾਂ ਅਸੀਂ ਹਾਈ ਫਲੇਮ 'ਤੇ 5 ਮਿੰਟ ਇਹਨਾਂ ਨੂੰ ਕਰਾਂਗੇ, ਫਿਰ ਇਸ ਤੋਂ ਬਾਅਦ ਅਸੀਂ ਥੋੜ੍ਹੀ ਸਲੋ ਫਲੇਮ ਕਰ ਦਾਂਗੇ, ਮੀਡੀਅਮ ਸਲੋ ਫਲੇਮ 'ਤੇ ਪਕਾ ਲਾਂਗੇ। 20 ਤੋਂ 25 ਮਿੰਟ ਤੱਕ ਇਹਨਾਂ ਨੂੰ ਸਲੋ ਫਲੇਮ 'ਤੇ ਪਕਾ ਲਾਂਗੇ। ਪਾਓ ਨੂੰ ਚੈੱਕ ਕਰ ਲੈਂਦੇ ਹਾਂ, 20 ਕੁ ਮਿੰਟ ਹੋ ਗਏ ਸਾਨੂੰ ਇਹਨਾਂ ਨੂੰ ਬੇਕ ਕਰਦਿਆਂ ਨੂੰ, ਅਤੇ ਕਲਰ ਇਹਦਾ ਚੇਂਜ ਹੋ ਗਿਆ ਅੱਗੇ ਨਾਲ ਉੱਪਰੋਂ। 5 ਕੁ ਮਿੰਟ ਤੱਕ ਅਸੀਂ ਹੋਰ ਇਹਨੂੰ ਬੇਕ ਕਰ ਲਾਂਗੇ। ਬਹੁਤ ਵਧੀਆ ਫੁੱਲ ਕੇ ਤਿਆਰ ਹੋਏ ਪਾਓ ਸਾਡੇ। ਬ੍ਰੱਸ਼ ਦੇ ਨਾਲ ਇਹਨਾਂ ਨੂੰ ਹਲਕਾ ਜਿਹਾ ਦੁੱਧ ਲਾ ਦਿੰਦੇ ਉੱਪਰ, ਪਾਓ ਜਿਹੜੇ ਸਾਡੇ ਇਹ ਸੌਫਟ ਹੀ ਬਣੇ ਰਹਿਣਗੇ। ਪਾਓ ਬੰਨ ਸਾਡੇ ਬਣ ਕੇ ਤਿਆਰ ਆ, ਬਹੁਤ ਹੀ ਵਧੀਆ ਕਲਰ ਆ ਗਿਆ ਇਹਦਾ। ਹੁਣ ਅਸੀਂ ਬ੍ਰੱਸ਼ ਦੇ ਨਾਲ ਇਹਨੂੰ ਘਿਓ ਦੇ ਨਾਲ ਗਰੀਸ ਕਰ ਦਾਂਗੇ, ਤੁਸੀਂ ਘਿਓ ਦੀ ਜਗ੍ਹਾ 'ਤੇ ਬਟਰ ਵੀ ਲਗਾ ਸਕਦੇ ਜੀ। ਗੈਸ ਨੂੰ ਅਸੀਂ ਬੰਦ ਕਰ ਦਿੰਦੇ ਹਾਂ, ਠੰਡੇ ਹੋਣ ਤੋਂ ਬਾਅਦ ਇਹਨਾਂ ਨੂੰ ਡੀਮੋਲਡ ਕਰਦੇ ਹਾਂ, ਉੱਪਰੋਂ ਅਸੀਂ ਕਵਰ ਕਰ ਦਾਂਗੇ। ਠੰਡਾ ਹੋਣ ਤੋਂ ਬਾਅਦ ਅਸੀਂ ਕੇਕ ਟਿਨ ਨੂੰ ਅਸੀਂ ਬਾਹਰ ਕੱਢ ਲੈਂਦੇ। ਪਾਓ ਬੰਨ ਬਣ ਕੇ ਸਾਡੇ ਤਿਆਰ ਆ, ਅਸੀਂ ਇਹਨਾਂ ਨੂੰ ਕੜਾਹੀ 'ਚੋਂ ਬਾਹਰ ਕੱਢ ਲਿਆ ਵਾ। ਹੁਣ ਅਸੀਂ ਇਹਨੂੰ ਹਲਕਾ ਜਿਹਾ ਫਿਰ ਗਰੀਸ ਦੁਬਾਰਾ ਕਰ ਲੈਂਦੇ ਹਾਂ, ਕਿਉਂਕਿ ਜਿਹੜੇ ਸਾਡੇ ਬੰਨ ਆ ਪਾਓ ਬੰਨ ਆ ਇਹ ਸੌਫਟ ਬਣੇ ਰਹਿਣ। ਚੰਗੀ ਤਰ੍ਹਾਂ ਅਸੀਂ ਘਿਓ ਦੇ ਨਾਲ ਗਰੀਸ ਕਰ ਲੈਂਦੇ। ਉੱਪਰ ਅਸੀਂ ਇਹਦੇ ਕੱਪੜਾ ਲੈ ਲਿਆ ਸੀ ਇੱਕ ਕੋਟਨ ਦਾ, ਇਹਨੂੰ ਹਲਕਾ ਜਿਹਾ ਗਿੱਲਾ ਕਰਕੇ ਅਤੇ ਨਿਚੋੜ ਲਿਆ ਚੰਗੀ ਤਰ੍ਹਾਂ ਅਸੀਂ, ਅਤੇ ਇਹਦੇ ਉੱਪਰ ਅਸੀਂ ਪਾ ਦਿੰਦੇ ਹਾਂ।
ਕਿ ਸੋਫਟ ਸਾਡੇ ਪਾਓ, ਸਾਡੇ ਜਿਹੜੇ ਸੋਫਟ ਰਹਿਣ। ਪਾਓ ਠੰਡੇ ਹੋ ਗਏ ਆ, ਵੇਖੋ ਕਿੰਨੇ ਸੋਫਟ ਬਣੇ ਆ। ਹੁਣ ਅਸੀਂ ਇਹਨੂੰ ਡੀਮੋਲਡ ਕਰਦੇ ਹਾਂ। ਪੇਪਰ ਲਾ ਲਾਂਗੇ। ਪਾਓ ਬੰਨ ਸਾਡੇ ਬਣ ਕੇ ਤਿਆਰ ਹੈ। ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ, ਵੇਖੋ ਕਿੰਨੀ ਵਧੀਆ ਵਿੱਚ ਜਾਲੀ ਬਣੀ ਹੈ। ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ, ਇੱਕਦਮ ਸੋਫਟ ਬਣ ਕੇ ਤਿਆਰ ਹੋਇਆ, ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ। ਆਹ ਤੁਸੀਂ ਵੇਖ ਸਕਦੇ ਹੋ, ਤੁਸੀਂ ਵੀ ਇਸੇ ਤਰ੍ਹਾਂ ਬਣਾਇਓ। ਵੀਡੀਓ ਲਾਈਕ ਕਰਿਆ ਕਰੋ, ਕਮੈਂਟ, ਸ਼ੇਅਰ, ਸਬਸਕ੍ਰਾਈਬ। ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।